ਸਵਾਗਤ ਹੈ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਜੋਬ ਸਿਕਿਉਰਿਟੀ 'ਤੇ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਅਤੇ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਦਿਖ ਜਾਊਗਾ, ਉਸ ਨੂੰ ਦਬਾ ਦੇਣਾ ਹੈ ਅਤੇ ਨਾਲ ਹੀ ਉਸਦੇ ਘੰਟੀ ਵਾਲਾ ਬਟਨ ਵੀ ਆ ਜਾਵੇਗਾ, ਉਸ ਨੂੰ ਵੀ ਦਬਾ ਦਿਓ ਤਾਂ ਕਿ ਇਨ ਫਿਊਚਰ ਜਦੋਂ ਵੀ ਮੈਂ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂ ਤਾਂ ਸਭ ਤੋਂ ਪਹਿਲਾਂ ਲਾਈਵ ਟਾਈਮ ਲਈ ਤੁਹਾਨੂੰ ਉਸਦਾ ਫ੍ਰੀ ਵਿੱਚ ਨੋਟੀਫਿਕੇਸ਼ਨ ਮਿਲਦਾ ਰਹੇ ਅਤੇ ਨਾਲ ਹੀ ਤੁਸੀਂ ਮੈਨੂੰ ਇੰਸਟਾਗ੍ਰਾਮ, ਟੈਲੀਗ੍ਰਾਮ, ਫੇਸਬੁੱਕ ਦੇ ਉੱਪਰ ਵੀ ਮੈਨੂੰ ਫੋਲੋ ਕਰ ਸਕਦੇ ਹੋ। ਲਿੰਕ ਜਿਹੜੇ ਨੇ ਜੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕੀਤੇ ਹੋਏ ਨੇ। ਅੱਜ ਮੈਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਇਆ ਜੀ, ਇਸ ਦੇ ਵਿੱਚ ਜਿਹੜੀ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਆਇਆ ਜੀ। PPSC ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅਧਿਆਪਕਾਂ ਦੀ ਡਾਇਰੈਕਟ ਭਰਤੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਨਾ ਤਾਂ ਤੁਹਾਨੂੰ PSTET ਅਤੇ ਨਾ ਹੀ CTET ਕਲੀਅਰ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਜੀ, ਪ੍ਰਿੰਸੀਪਲ ਦੀਆਂ ਪੋਸਟਾਂ ਆਈਆਂ ਨੇ, ਰਿਕਰੂਟਮੈਂਟ ਹੈ ਜੀ, ਜਿਹੜੀ ਪ੍ਰਿੰਸੀਪਲ ਦੀ 158 ਪੋਸਟਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਈਆਂ ਹੋਈਆਂ ਨੇ। ਅਤੇ ਇਸ ਦੇ ਵਿੱਚ ਜਿਹੜੀ 24/3/2020 ਦੀ ਜਿਹੜੀ ਹੈ ਪਬਲਿਸ਼ ਹੋਇਆ ਅਤੇ 30/4/2020 ਜਿਹੜੀ ਇਸ ਦੀ ਲਾਸਟ ਡੇਟ ਹੈ। ਅਤੇ ਇਸ ਤੋਂ ਬਾਅਦ ਦੂਸਰੀ ਪੋਸਟ ਦੀ ਗੱਲ ਕਰ ਲਏ, 311 ਪੋਸਟਾਂ ਆਈਆਂ ਨੇ ਜੀ ਹੈੱਡ ਮਾਸਟਰ ਅਤੇ ਮਿਸਟਰੈਸ ਦੀਆਂ, ਇਸ ਦੇ ਵਿੱਚ ਜਿਹੜੀ ਲਾਸਟ ਡੇਟ ਹੈ ਜੀ ਉਹ ਵੀ 30/4/2020 ਹੈ। ਅਤੇ ਇਸ ਤੋਂ ਬਾਅਦ 75 ਪੋਸਟਾਂ ਆਈਆਂ ਜੀ ਬਲੋਕ ਪ੍ਰਾਇਮਰੀ BPO ਦੀਆਂ ਪੋਸਟਾਂ ਆਈਆਂ ਹੋਈਆਂ ਨੇ, ਇਸ ਦੇ ਵਿੱਚ 24/3 ਤੋਂ ਸਟਾਰਟ ਹੋ ਕੇ 30/4/2020 ਜਿਹੜੀ ਇਸਦੀ ਲਾਸਟ ਡੇਟ ਹੈ। ਪੂਰੀ ਜਿਹੜੀ ਓਫੀਸ਼ੀਅਲ ਨੋਟੀਫਿਕੇਸ਼ਨ ਹੈ ਜੀ ਇਕੱਲਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹੈ ਅਤੇ ਕੀ ਰਿਕਰੂਟਮੈਂਟ ਹੈ ਇਸ ਦੇ ਵਿੱਚ ਸਭ ਆਪਾਂ ਦੇਖ ਲੈਂਦੇ ਹਾਂ। ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇੱਕ ਵਾਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਤੁਹਾਨੂੰ ਮੈਂ ਉਹ ਨੋਟੀਫਿਕੇਸ਼ਨ ਓਫੀਸ਼ੀਅਲੀ ਵੀ ਦਿਖਾ ਦਿੰਦਾ ਡਾਊਨਲੋਡ ਕਰਕੇ। ਸਭ ਤੋਂ ਪਹਿਲਾਂ ਜਿਹੜੀ ਗੱਲ ਕਰ ਲੈਂਦੇ ਨੇ ਪ੍ਰਿੰਸੀਪਲ ਦੀਆਂ ਜਿਹੜੀਆਂ 158 ਪੋਸਟਾਂ ਆਈਆਂ ਹਨ, ਇਸ ਦੇ ਵਿੱਚ ਜਿਹੜੀਆਂ ਤੁਸੀਂ ਪੋਸਟਾਂ ਦੇਖ ਰਹੇ ਹੋ ਡਿਟੇਲ ਵਾਈਜ਼ ਪੋਸਟਾਂ ਦੀ ਡਿਟੇਲ ਦਿੱਤੀ ਹੋਈ ਹੈ ਜੀ, ਇਸ ਦੇ ਵਿੱਚ ਕੀ ਪੋਸਟਾਂ ਜਿਹੜੀਆਂ ਆਈਆਂ ਹੋਈਆਂ ਨੇ। ਅਤੇ ਇਸ ਦੇ ਵਿੱਚ ਜਿਹੜੀ ਐਲੀਜੀਬਿਲਟੀ ਹੈ ਉਹ ਤੁਹਾਡੀ ਕੀ ਹੋਣੀ ਚਾਹੀਦੀ ਹੈ, ਅਤੇ ਜਿਹੜੀ ਪੇ ਸਕੇਲ ਹੈ ਜੀ ਉਹ ਤੁਹਾਡਾ 15,639 ਪਲੱਸ 6600 ਰੁਪਏ ਗ੍ਰੇਡ ਪੇ ਇਸ ਦੇ ਵਿੱਚ ਹੋਣ ਵਾਲਾ। ਇੰਟਰਨੈਸ਼ਨਲ ਕੁਆਲੀਫਿਕੇਸ਼ਨ ਜਿਹੜੀ ਹੋਣੀ ਚਾਹੀਦੀ ਹੈ, ਮਾਸਟਰ ਡਿਗਰੀ ਇਨ ਆਰਟ, ਸਾਇੰਸ, ਕਮਰਸ, ਇੰਜੀਨੀਅਰਿੰਗ ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਹੈ, ਅਤੇ ਮਿਨੀਮਮ ਜਿਹੜੀ 50% ਮਾਰਕਸ ਜਿਹੜੇ ਤੁਹਾਡੇ ਹੋਣੇ ਚਾਹੀਦੇ ਨੇ ਜਨਰਲ ਕੈਟਾਗਰੀ ਲਈ, ਅਤੇ 45% ਮਾਰਕਸ ਜਿਹੜੇ ਹੋਣੇ ਚਾਹੀਦੇ ਨੇ ਬੈਕਵਰਡ ਕਲਾਸਿਸ ਦੇ ਲਈ। ਇਸ ਦੇ ਵਿੱਚ ਜਿਹੜੀ ਤੁਹਾਡੇ ਕੋਲ BEd ਦੀ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ, ਅਤੇ ਏਜ ਲਿਮਿਟ ਜਿਹੜੀ ਹੈ ਜੀ ਇਸ ਦੇ ਵਿੱਚ 37 ਸਾਲ ਤੱਕ ਹੈ ਤੁਹਾਡੀ ਏਜ ਲਿਮਿਟ ਜਿਹੜੀ 1/1/2020 ਦੇ ਅਕੋਰਡਿੰਗ। ਇਸ ਤੋਂ ਬਾਅਦ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੀ ਗੱਲ ਕਰ ਲੈਂਦੇ ਜੀ, 2020 ਦੇ ਵਿੱਚ ਜਿਹੜੀ ਹੋਣ ਦੀ ਸੰਭਾਵਨਾ ਹੈ ਜੀ, ਅਤੇ ਜਿਹੜੀ ਇਹ ਬਿਫੋਰ 31/5/2030। ਇਸ ਤੋਂ ਬਾਅਦ ਜਿਹੜੀ ਇਸ ਦੇ ਵਿੱਚ ਤੁਹਾਡੀ ਕੁਆਲੀਫਿਕੇਸ਼ਨ ਦੇ ਵਿੱਚ ਇੱਕ ਹੋਰ ਚੀਜ਼ ਹੋਣੀ ਚਾਹੀਦੀ ਹੈ, ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ, ਤੁਹਾਡੇ ਕੋਲ 3 ਸਾਲ ਦਾ ਟੀਚਰ ਐਕਸਪੀਰੀਅੰਸ ਹੋਣਾ ਚਾਹੀਦਾ ਹੈ, 3 ਸਾਲ ਦਾ ਸਰਕਾਰੀ ਸਕੂਲ ਦੇ ਵਿੱਚ ਦਾ। ਇਸ ਤੋਂ ਬਾਅਦ ਦੂਸਰੀ ਪੋਸਟ ਦੀ ਗੱਲ ਕਰ ਲੈਂਦੇ ਹਾਂ ਜੀ, ਜਿਹੜੀਆਂ ਬਲੋਕ ਪ੍ਰਾਇਮਰੀ ਐਜੂਕੇਸ਼ਨ ਆਫਿਸਰ ਦੀਆਂ ਪੋਸਟਾਂ ਆਈਆਂ ਨੇ, 75 ਪੋਸਟਾਂ ਇਸ ਦੇ ਵਿੱਚ ਜਿਹੜੀਆਂ ਤੁਸੀਂ ਦੇਖ ਸਕਦੇ ਹੋ, 75 ਪੋਸਟਾਂ ਇਸ ਦੇ ਵਿੱਚ ਆਈਆਂ ਹੋਈਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕੈਟਾਗਰੀ ਵਾਈਜ਼ ਵੀ ਇਸ ਦੀ ਡਿਟੇਲ ਹੈ ਜਿਹੜੀ ਦਿੱਤੀ ਹੋਈ ਹੈ। ਇਸ ਦੇ ਵਿੱਚ ਪੇ ਸਕੇਲ ਜਿਹੜਾ ਜੀ 10,300 ਪਲੱਸ 34,800 ਪਲੱਸ 5,000 ਗ੍ਰੇਡ ਪੇ ਇਸ ਦੇ ਵਿੱਚ ਹੋਣਾ ਚਾਹੀਦਾ। ਐਕਸੈਸ਼ਨਲ ਕੁਆਲੀਫਿਕੇਸ਼ਨ ਦੇ ਵਿੱਚ ਸੇਮ ਜਿਹੜੀ ਹੈ ਜੀ ਰਿਕੁਆਇਰਮੈਂਟ ਹੈ, ਇਸ ਦੇ ਵਿੱਚ ਵੀ ਤੁਹਾਡੀ 3 ਸਾਲ ਦਾ ਜਿਹੜਾ ਹੈ ਪ੍ਰਾਇਮਰੀ ਟੀਚਰ ਦੇ ਜਿਹੜਾ ਤੁਹਾਡੇ ਕੋਲ ਹੈ ਗੌਰਮੈਂਟ ਸਕੂਲ ਦਾ ਜਿਹੜਾ ਹੈ ਐਕਸਪੀਰੀਅੰਸ ਹੋਣਾ ਚਾਹੀਦਾ। ਏਜ ਜਿਹੜੀ ਹੈ 18-37 ਸਾਲ ਹੀ ਹੈ ਜੀ। ਕੰਪੀਟੀਟਿਵ ਐਗਜ਼ਾਮੀਨੇਸ਼ਨ ਹੈ ਜਿਹੜਾ ਮਈ 2020 ਦੇ ਵਿੱਚ ਹੋਣ ਦੀ ਸੰਭਾਵਨਾ। ਅਤੇ ਇਸ ਤੋਂ ਬਾਅਦ ਤੀਸਰੀ ਪੋਸਟ ਦੀ ਗੱਲ ਕਰ ਲੈਂਦੇ ਹਾਂ ਜੀ,